ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 40 ਲੱਖ ਰੁਪਏ ਦਾ ਇਨਾਮ ਐਵੇਂ ਨਹੀਂ ਸੀ ਦਿੱਤਾ ਸਰਕਾਰ ਨੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਗ੍ਰਿਫਤਾਰੀ ਲਈ। ਇਸ ਦੇ ਪਿੱਛੇ ਭਾਈ ਸਾਹਿਬ ਦੀ ਜ਼ਿੰਦਗੀ ਦੇ ਜੁਝਾਰੂ ਕਾਰਨਾਮਿਆਂ ਦੀ ਇੱਕ ਲੰਬੀ ਲੜੀ ਸੀ। ਇਸ ਵਿੱਚੋਂ ਕੁਝ ਘਟਨਾਵਾਂ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਹਿਲੀ ਘਟਨਾ ਇਸ ਤਰ੍ਹਾਂ ਕਿ ਬਾਬਾ ਮਾਨੋਚਾਹਲ ਇੱਕ ਵਾਰ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਘਰ ਵਿਖੇ ਠਹਿਰੇ ਹੋਏ ਸਨ। ਉਸ ਮਕਾਨ 'ਤੇ CRP ਦਾ ਛਾਪਾ ਪੈ ਗਿਆ। ਇਸੇ ਵੇਲੇ ਆਪ ਦੇ ਹਥਿਆਰ ਕਮਰੇ ਦੇ ਅੰਦਰ ਵੀ ਪਏ ਹੋਏ ਸਨ। ਜਦੋਂ ਆਪ ਨੂੰ ਪੁੱਛਗਿੱਛ ਕੀਤੀ ਗਈ ਤਾਂ ਆਪ ਨੇ ਆਪਣਾ ਪੁਰਾਣਾ ਆਇਡੈਂਟੀ ਕਾਰਡ ਫੌਜ ਵਾਲਾ ਕੱਢ ਕੇ ਵਿਖਾ ਦਿੱਤਾ ਅਤੇ ਕਿਹਾ, ਮੈਂ ਫੌਜ ਵਿੱਚ ਸਰਵਿਸ ਕਰਦਾ ਹਾਂ। CRP ਅਫਸਰ ਨੇ ID ਕਾਰਡ ਵੇਖ ਕੇ ਜੇਬ ਵਿੱਚ ਪਾ ਲਿਆ ਅਤੇ ਕਿਹਾ, ਇਸ ਦੀ ਜਾਂਚ ਕਰਵਾ ਲਵਾਂਗੇ। ਪਿੱਛੇ ਨੂੰ ਕਰਕੇ ਆਪ ਦੀਆਂ ਦੋਵੇਂ ਵਾਹਾਂ CRP ਵਾਲਿਆਂ ਨੇ ਬੰਨ ਲਈਆਂ। ਜਦੋਂ ਜੀਪ ਦੇ ਕੋਲ ਪੁੱਜੇ ਤਾਂ ਆਪ ਨੇ ਜ਼ੋਰ ਦਾ ਹੁਲਾਰਾ ਮਾਰਿਆ ਤੇ ਦੋਵੇਂ ਜਵਾਨ ਭੁੜਕ ਕੇ ਪਰੇ ਜਾ ਡਿੱਗੇ। ਆਪ ਨੇ ਛਾਲ ਮਾਰੀ ਤੇ ਕੋਲ ਹੀ ਲੰਘਦੀ ਇੱਕ ਕੰਧ ਟੱਪ ਗਏ। CRP ਜਵਾਨਾਂ ਨੇ ਬੜੀ ਫੁਰਤੀ ਨਾਲ ਪਿੱਛਾ ਕੀਤਾ। ਅੱਗੇ ਇੱਕ ਸੈਲਰ ਸੀ। ਜਦੋਂ ਫੱਕ ਉੱਪਰ ਆਪ ਨੇ ਆਪਣੀ ਦਸਤਾਰ ਇਸ ਢੰਗ ਨਾਲ ਰੱਖ ਦਿੱਤੀ ਕਿ CRP ਵਾਲੇ ਭੁਲੇਖਾ ਖਾ ਗਏ। ਬਾਬਾ ਮਾਨੋਚਾਹਲ ਇਸ ਫੱਕ ਵਿੱਚ ਹੀ ਲੁਕਿਆ ਬੈਠਾ। ਜਦੋਂ ਤੱਕ ਘੇਰਾ ਪਾ ਕੇ ਬਾਬੇ ਨੂੰ ਫੱਕ ਵਿੱਚੋਂ ਕੱਢਣ ਦੇ ਯਤਨ ਵਿੱਚ CRP ਵਾਲਿਆਂ ਨੂੰ ਅਸਲੀਅਤ ਸਮਝ ਆਈ, ਉਦੋਂ ਤੱਕ ਬਾਬਾ ਮਾਨੋਚਾਹਲ ਆਰਾਮ ਕਰਨ ਪਿੱਛੋਂ ਉਸੇ ਹੀ ਘਰ ਵਿੱਚੋਂ ਜਿੱਥੇ ਛਾਪਾ ਮਾਰ ਕੇ ਫੜਨ ਗਏ ਸੀ ਆਪਣੇ ਸ਼ਸਤਰ ਲੈ ਕੇ ਉੱਥੋਂ ਚਲੇ ਗਏ। ਇਸੇ ਵੇਲੇ ਆਪ ਨੇ ਜਿਹੜੀਆਂ ਕੰਧਾਂ ਟੱਪੀਆਂ ਸਨ, ਕਹਿੰਦੇ ਉਹ 10-15 ਫੁੱਟ ਉੱਚੀਆਂ ਸਨ। ਦੂਜੀ ਘਟਨਾ ਇਸ ਤਰ੍ਹਾਂ ਵਾਪਰੀ ਕਿ ਇੱਕ ਵਾਰ ਆਪ ਆਪਣੇ ਸਾਥੀਆਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਵੇਈਪੂਈ ਵੱਲ ਜਾ ਰਹੇ ਸਨ। ਪਿੱਛੋਂ ਇਹਨਾਂ ਦੇ ਸਿੰਘ ਸਾਥੀਆਂ ਨੇ ਆਉਣਾ ਸੀ। ਜਦੋਂ ਪਿੱਛੋਂ ਕਿਸੇ ਗੱਡੀ ਨੇ ਲਾਈਟਾਂ ਵੱਜੀਆਂ ਤਾਂ ਇਹਨਾਂ ਨੇ ਸਮਝਿਆ ਕਿ ਨਾਲ ਦੇ ਸਿੰਘ ਆ ਗਏ ਨੇ। ਆਪ ਨੇ ਅੱਗੇ ਲੰਘਣ ਦਾ ਇਸ਼ਾਰਾ ਕੀਤਾ ਪਰ ਉਹ ਜੀਪ CRP ਦੀ ਸੀ। ਉਹਨਾਂ ਗੱਡੀ ਦੀ ਸਾਈਡ ਮਾਰ ਕੇ ਕਹਿੰਦੇ ਮੋਟਰਸਾਈਕਲ ਡੇਗ ਦਿੱਤਾ ਤੇ ਆਪ ਦੇ ਕੁਝ ਸਮਝਣ ਤੋਂ ਪਹਿਲਾਂ ਹੀ ਆਪ ਦੀਆਂ ਬਾਹਾਂ ਬੰਨ੍ਹ ਕੇ ਜੀਪ ਵਿੱਚ ਸੁੱਟ ਲਿਆ। ਫਿਰ ਉਹਨਾਂ ਆਪਣੀ ਚੌਂਕੀ ਵੱਲ ਗੱਡੀ ਮੋੜ ਲਈ। 3 ਕੁ ਕਿਲੋਮੀਟਰ ਦੇ ਸਫ਼ਰ ਪਿੱਛੋਂ ਆਪ ਨੇ ਕਿਸੇ ਤਰ੍ਹਾਂ ਆਪਣੀਆਂ ਕਹਿੰਦੇ ਹੱਥ ਖੋਲ੍ਹ ਲਏ ਤੇ ਹੌਲਦਾਰ ਨੂੰ ਧੱਕਾ ਮਾਰ ਕੇ ਗੱਡੀ ਵਿੱਚੋਂ ਬਾਹਰ ਛਾਲ ਮਾਰ ਦਿੱਤੀ। ਇਹ ਸੰਨ 1985 ਦੀ ਗੱਲ ਹੈ। ਉਦੋਂ CRP ਵਾਲੇ ਛੇਤੀ ਕਿਤੇ ਕਹਿੰਦੇ ਗੋਲੀ ਨਹੀਂ ਸੀ ਚਲਾਉਂਦੇ। ਆਪ ਦਾ ਪਿੱਛਾ ਕੀਤਾ ਗਿਆ। ਆਪ ਖੇਤਾਂ ਦੇ ਵਿੱਚ ਦੀ ਹੁੰਦੇ ਹੋਏ ਬਚ ਨਿਕਲਣ ਲਈ ਉਸ ਥਾਂ ਜਾ ਵੜੇ ਜਿੱਥੇ ਕੁਝ ਲੋਕ ਭੱਠੀ ਲਾ ਕੇ ਸ਼ਰਾਬ ਕੱਢ ਰਹੇ ਸੀ। ਆਪ ਨੂੰ ਵੇਖ ਕੇ ਉਹਨਾਂ ਵਿੱਚ ਵੀ ਭਾਜੜ ਪੈ ਗਈ। ਉਹਨਾਂ ਨੇ ਸਮਝਿਆ ਸ਼ਾਇਦ ਕਿਤੇ ਪੁਲਿਸ ਆ ਗਈ। ਜਦੋਂ ਆਪ ਨੇ ਦੱਸਿਆ ਕਿ ਮੇਰੇ ਪਿੱਛੇ ਫੋਰਸ ਲੱਗੀ ਹੈ ਤਾਂ ਉਹਨਾਂ ਨੇ ਕਿਹਾ, ਸਾਨੂੰ ਵੀ ਮਰਵਾਏਗਾ। ਬਾਬੇ ਮਾਨੋਚਾਹਲ ਨੂੰ ਭੱਜਣ ਦਾ ਰਾਸਤਾ ਦੱਸਿਆ। ਉਦੋਂ ਬਾਬੇ ਨੇ ਜਦੋਂ ਇੱਕ ਕੰਧ ਟੱਪੀ ਤਾਂ ਆਪ ਕੰਢਿਆਂ ਦੇ ਉੱਪਰ ਜਾ ਡਿੱਗੇ। ਆਪ ਦੇ ਕੱਪੜੇ ਵੀ ਪਾਟ ਗਏ ਤਾਂ ਸਰੀਰ ਵੀ ਛਿਲਿਆ ਗਿਆ, ਪਰ ਫਿਰ ਵੀ CRP ਵਾਲਿਆਂ ਦੇ ਹੱਥ ਨਾ ਆਏ ਤੇ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ। ਇਸੇ ਤਰ੍ਹਾਂ ਇੱਕ ਵਾਰ ਨੁਸ਼ਹਿਰੇ ਤੇ ਇੱਕ ਟੌਂਟ ਨੂੰ ਬਾਬਾ ਮਾਨੋਚਾਹਲ ਨੇ ਸੋਧ ਦਿੱਤਾ, ਜਿਸ ਦਾ ਜਵਾਨ ਪੁੱਤਰ ਗੁਰਮੁਖ ਸੀ। ਆਪ ਉਸ ਗੁਰਮੁਖ ਲੜਕੇ ਨਾਲ ਉਸਦੀ ਮੌਤ ਦਾ ਅਫਸੋਸ ਕਰਨ ਲਈ ਸਾਈਕਲ ਤੇ ਤੁਰ ਪਏ, ਪਰ ਜਦੋਂ ਉਸ ਘਰ ਵਿੱਚ ਪੁੱਜਣ ਤੋਂ ਪਹਿਲਾਂ ਹੀ ਆਪ ਨੂੰ CRP ਵਾਲਿਆਂ ਨਾਲ ਟੱਕਰਾ ਹੋ ਗਿਆ। ਗੁੱਥਮ ਗੁੱਤੀ ਹੋਣ ਤੋਂ ਬਾਅਦ ਆਪ ਦਾ ਮੌਜਰ ਕਹਿੰਦੇ ਸੜਕ ਤੇ ਡਿੱਗ ਪਿਆ, ਪਰ ਫਿਰ ਵੀ ਆਪ ਉਹਨਾਂ ਦੇ ਕਾਬੂ ਵਿੱਚ ਨਾ ਆਏ ਤੇ ਨਿਕਲ ਗਏ। ਇਸੇ ਹੀ ਦੌਰਾਨ ਆਪ ਨੂੰ ਕੁਝ ਸਾਥੀ ਸਿੰਘ ਵੀ ਆ ਮਿਲੇ। ਆਪ ਤੁਰੰਤ ਫਿਰ ਘਟਨਾ ਵਾਲੀ ਥਾਂ ਤੋਂ ਆਪਣਾ ਡਿੱਗਿਆ ਮੌਜਰ ਚੁੱਕ ਕੇ ਲਿਆਉਣ ਲਈ ਤਿਆਰ ਹੋ ਪਏ। ਆਪਣੇ ਸਾਥੀਆਂ ਨੂੰ ਕਹਿਣ ਲੱਗੇ, ਤੁਸੀਂ ਮੈਨੂੰ ਕਵਰ ਫਾਇਰਿੰਗ ਦਿਓ, ਮੈਂ ਮੌਜਰ ਚੱਕ ਕੇ ਲਿਆਉਣਾ। ਪਰ ਇਸੇ ਵੇਲੇ ਵਾਲੀ ਘਟਨਾ ਦੀ ਥਾਂ ਤੇ ਕਹਿੰਦੇ ਫੋਰਸਾਂ ਦਾ ਕਾਫੀ ਭਾਰੀ ਇਕੱਠ ਹੋ ਗਿਆ ਤੇ ਨਾਲ ਦੇ ਸਿੰਘਾਂ ਨੇ ਬੜੀ ਮੁਸ਼ਕਲ ਨਾਲ ਸਮਝਾ ਕੇ ਬਾਬਾ ਮਾਨੋਚਾਹਲ ਨੂੰ ਉੱਥੇ ਜਾਣ ਤੋਂ ਰੋਕਿਆ। ਇਹ ਗੱਲ ਤਾਂ ਪੱਕੀ ਹੈ ਕਿ ਜੇਕਰ ਬਾਬਾ ਮਾਨੋਚਾਹਲ ਇੱਕ ਸ਼ੇਰ ਵਰਗੇ ਜਿਗਰੇ ਦੇ ਮਾਲਕ ਨਾ ਹੁੰਦੇ ਤਾਂ ਉਹਨਾਂ ਦੇ ਜੁਝਾਰੂ ਸਫ਼ਰ ਦਾ ਅੰਤ ਕਹਿੰਦੇ ਬਾਬਾ ਮਾਨੋਚਾਹਲ ਦੀ ਬੰਬੀ ਉੱਪਰ ਹੀ ਸੰਨ 1985 ਵਿੱਚ ਹੀ ਹੋ ਜਾਣਾ ਸੀ। ਉਸ ਬੰਬੀ ਉੱਪਰ ਹੋਏ ਮੁਕਾਬਲੇ ਦੀ ਗਾਥਾ ਵੀ ਬੜੀ ਹਾਸੋਹੀਣੀ ਤੇ ਬੜੀ ਸੂਰਮਤਾਈ ਵਾਲੀ ਹੈ। ਹੋਇਆ ਕੁਝ ਇਸ ਤਰ੍ਹਾਂ ਕਿ ਬਾਬਾ ਮਾਨੋਚਾਹਲ ਸੂਰਤਗੜ੍ਹ ਮਿਲਟਰੀ ਜੇਲ੍ਹ ਵਿੱਚੋਂ ਬੰਦ ਆਪਣੇ ਭਰਾ ਧਰਮੀ ਫੌਜੀ ਤਰਲੋਚਨ ਸਿੰਘ ਨਾਲ ਮੁਲਾਕਾਤ ਕਰਕੇ ਆ ਰਹੇ ਸਨ। ਉੱਥੇ ਆਪ ਨੇ ਨਜ਼ਰਬੰਦ ਸਮੂਹ ਧਰਮੀ ਫੌਜੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾ ਹੌਸਲਾ ਵਧਾਇਆ। ਇੱਧਰ ਕਹਿੰਦੇ ਆਪ ਦੇ ਸਾਥੀਆਂ ਨੇ ਵਿਸ਼ਵਾਸਘਾਤ ਕਰਕੇ ਪੁਲਿਸ ਨੂੰ ਦੱਸ ਦਿੱਤਾ ਕਿ ਅੱਜ ਬਾਬਾ ਮਾਨੋਚਾਹਲ ਬੱਸ ਰਾਹੀਂ ਵਾਪਸ ਪਿੰਡ ਮਾਨੋਚਾਹਲ ਆਉਣਾ ਤੇ ਰਾਤ ਨੂੰ ਮਾਨੋਚਾਹਲ ਪਿੰਡ ਦੇ ਬਾਹਰ ਵਾਰ ਫਲਾਣੀ ਬੰਬੀ ਉੱਤੇ ਰੁਕਣਾ। ਇਸੇ ਹੀ ਤਰ੍ਹਾਂ ਹੋਇਆ। ਆਪ ਉਸੇ ਰਾਤ ਬੰਬੀ ਵਿੱਚ ਆਪਣੇ ਭਰਾ ਮਹਿੰਦਰ ਸਿੰਘ ਦੇ ਸਮੇਤ ਸੁੱਤੇ ਸਨ। ਜਦੋਂ ਰਾਤ ਨੂੰ ਘੇਰਾ ਪੈ ਗਿਆ
ਜਦੋਂ ਬਾਬਾ ਮਾਨੋਚਾਲ ਨੂੰ ਅੰਦਰੋਂ ਬੂਹਾ ਖੋਲਣ ਲਈ ਕਿਹਾ ਗਿਆ ਤੇ ਬਾਬਾ ਮਾਨੋਚਾਲ ਨੇ ਪਿੰਡ ਦੇ ਸਰਪੰਚ ਨੂੰ ਲੈ ਕੇ ਆਉਣ ਲਈ ਕਿਹਾ, ਮੈਂ ਤਾਂ ਹੀ ਬੂਹਾ ਖੋਲਾਂਗਾ। ਪੁਲਿਸ ਸਰਪੰਚ ਨੂੰ ਲੈ ਆਈ। ਸਰਪੰਚ ਆਇਆ ਤੇ ਆਪ ਨੇ ਅੰਦਰੋਂ ਕੋਰਟ ਵਿੱਚ ਪੁੱਛਿਆ ਕਿ ਬਾਹਰ ਕਿੰਨੇ ਕੁ ਪੁਲਿਸ ਵਾਲੇ ਨੇ। ਪੁਲਿਸ ਦੀ ਗਿਣਤੀ ਜਾਣ ਕੇ ਆਪ ਨੇ ਸਰਪੰਚ ਨੂੰ ਹਦਾਇਤ ਕੀਤੀ ਕਿ ਉਹ ਪਾਸੇ ਹੋ ਜਾਵੇ। ਜਦੋਂ ਪੁਲਿਸ ਨੇ ਬੂਹਾ ਖਲੋਣ ਲਈ ਕਿਹਾ ਤਾਂ ਆਪ ਨੇ ਬੈਟਰੀ ਮੰਗੀ। ਕਾਰਨ ਪੁੱਛਣ ਤੇ ਦੱਸਿਆ ਕਿ ਅਸੀਂ ਅੰਦਰੋਂ ਜਿੰਦਾ ਮਾਰ ਬੈਠੇ ਹਾਂ, ਇਹ ਹੁਣ ਹਨੇਰੇ ਵਿੱਚ ਨਹੀਂ ਖੁੱਲਣਾ, ਸਾਨੂੰ ਬੈਟਰੀ ਦੀ ਜ਼ਰੂਰਤ ਹੈ। ਕਹਿੰਦੇ ਝੀਤ ਥਾਣੀ ਪੁਲਸੀਏ ਤੋਂ ਬੈਟਰੀ ਕਬਜ਼ੇ ਵਿੱਚ ਲੈ ਕੇ ਬਾਬਾ ਮਾਨੋਚਹਿਲ ਨੇ ਸਟੇਨ ਦਾ ਮੈਗਜ਼ੀਨ ਪਾ ਕੇ ਤਿਆਰ ਬਰ ਤਿਆਰ ਕੀਤੀ ਤੇ ਫਿਰ ਇੱਕਦਮ ਹੀ ਬੂਹਾ ਖੋਲ੍ਹ ਕੇ ਬਾਹਰ ਨਿਕਲਦਿਆਂ ਹੀ ਘੁਮਾ ਦਿੱਤੀ। ਇੱਕ CRP ਵਾਲਾ ਜਵਾਨ ਸੋਧਿਆ ਗਿਆ, ਜਿਹੜੇ ਪੁਜੀਸ਼ਨ ਲੈ ਕੇ ਲੇਟ ਗਏ ਆਪ ਉਹਨਾਂ ਦੇ ਉੱਪਰ ਦੀ ਹੋ ਕੇ ਲੰਘ ਗਏ। ਇਸੇ ਵੇਲੇ ਘਬਰਾਇਆ ਇੱਕ ਪੁਲਸੀਆ ਮੁਲਜ਼ਮ ਕਈ ਕਿੱਲਿਆਂ ਤੱਕ ਆਪਦੇ ਅੱਗੇ ਅੱਗੇ ਦੌੜਦਾ ਗਿਆ, ਪਰ ਬਾਬਾ ਮਾਨੋਚਹਿਲ ਨੇ ਉਸ ਨੂੰ ਕੁੱਝ ਨਾ ਕਿਹਾ। ਇਸੇ ਤਰ੍ਹਾਂ ਇੱਕ ਵਾਰ ਬਾਬਾ ਮਾਨੋਚਹਿਲ ਦੀ ਜਥੇਬੰਦੀ ਦੇ ਕੁੱਝ ਸਿੰਘ ਫੜੇ ਗਏ। ਉਹਨਾਂ ਨੂੰ ਛਡਾਉਣ ਲਈ ਇੱਕ ਪੁਲਸੀ ਅਫਸਰ ਦੀ ਭੈਣ ਅਤੇ ਜੀਜੇ ਨੂੰ ਫੜ ਲਿਆ ਗਿਆ। ਜਦੋਂ ਸਿੰਘਾਂ ਨੇ ਇਹਨਾਂ ਨੂੰ ਫੜ ਕੇ ਬਾਬਾ ਮਾਨੋਚਹਿਲ ਦੇ ਕੋਲ ਲਿਆਂਦਾ ਤਾਂ ਬਾਬੇ ਨੇ ਉਸ ਬੀਬੀ ਦੇ ਸਿਰ ਤੇ ਪਿਆਰ ਦੇ ਕੇ ਕਿਹਾ, ਹੁਣ ਤੂੰ ਮਾਨੋਚਹਿਲ ਦੀ ਭੈਣ ਹੈ, ਇੱਥੇ ਤੁਹਾਨੂੰ ਦੋਹਾਂ ਜੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਤੇ ਸੱਚਮੁੱਚ ਹੀ ਬਾਬਾ ਮਾਨੋਚਹਿਲ ਨੇ ਉਸ ਬੀਬੀ ਨੂੰ ਭੈਣ ਬਣਾ ਕੇ ਆਪਣੇ ਕੋਲ ਰੱਖਿਆ। ਜਦੋਂ ਵਾਪਸ ਭੇਜਿਆ ਤਾਂ ਉਸ ਨੂੰ ਸੂਟ ਬਣਾ ਕੇ ਦਿੱਤੇ ਅਤੇ ਬੜੇ ਮਾਣ ਸਤਿਕਾਰ ਨਾਲ ਆਪਣੇ ਭੈਣਾਂ ਭਰਾਵਾਂ ਵਾਂਗੂ ਵਿਦਾ ਕੀਤਾ। ਬਾਅਦ ਵਿੱਚ ਇਸੇ ਬੀਬੀ ਨੇ ਪੱਤਰਕਾਰਾਂ ਦੇ ਸਾਹਮਣੇ ਬਾਬਾ ਮਾਨੋਚਹਿਲ ਦੀਆਂ ਰੱਜ ਕੇ ਸਿਫਤਾਂ ਕੀਤੀਆਂ ਤੇ ਉਸ ਨੂੰ ਇੱਕ ਸੱਚਾ ਸੁੱਚਾ ਸਿੱਖ ਦੱਸਿਆ। ਅਖੀਰ ਜਦੋਂ ਜ਼ਹਿਰ ਸਮੇਂ ਜਦੋਂ 27 ਫਰਵਰੀ 1993 ਨੂੰ ਬਾਗਣੀਆਂ ਪਿੰਡ ਦੀ ਬਹਿਕ ਵਿੱਚੋਂ ਮੁਕਾਬਲੇ ਤੋਂ ਬਾਅਦ ਰੋਂਦਾ ਦਾ ਝੋਲਾ ਲੈ ਕੇ ਨਿਕਲੇ ਤਾਂ ਬਾਗੜੀਆਂ ਦੇ ਰਟੋਲ ਤੱਕ ਦੇ ਆਖਰੀ ਸਫ਼ਰ ਸਮੇਂ ਉਹਨਾਂ ਨੂੰ ਰਾਹ ਵਿੱਚ ਕਈ ਜਾਣੂ ਸੱਜਣ ਮਿਲੇ। ਉਹ ਸਾਰੇ ਸੱਜਣ ਕਹਿੰਦੇ ਅੱਜ ਵੀ ਜਿਉਂਦੇ ਨੇ। ਉਹ ਹੈਰਾਨੀ ਨਾਲ ਦੱਸਦੇ ਹਨ ਕਿ ਜਦੋਂ ਬਾਬਾ ਮਾਨੋਚਹਿਲ ਨੂੰ ਉਹਨਾਂ ਦੱਸਿਆ ਕਿ ਬਾਗੜੀਆਂ ਵਿੱਚ ਮੇਰਾ ਮੁਕਾਬਲਾ ਹੋ ਗਿਆ ਤੇ ਬਾਕੀ ਸਾਰਾ ਸਮਾਨ ਉੱਥੇ ਹੀ ਰਹਿ ਗਿਆ ਤਾਂ ਅਸੀਂ ਸੋਚਿਆ ਕਿ ਮਖੌਲ ਕਰਦਾ ਹੈ, ਕਿਉਂਕਿ ਬਾਬੇ ਦਾ ਚਿਹਰਾ ਹਮੇਸ਼ਾ ਦੀ ਤਰ੍ਹਾਂ ਸ਼ਾਂਤ ਤੇ ਡੋਲ ਸੀ। ਉਸੇ ਮੁਤਾਬਕ ਅਗਲੇ ਦਿਨ ਦੀਆਂ ਅਖਬਾਰਾਂ ਵਿੱਚ ਵੀ ਖਬਰਾਂ ਲੱਗੀਆਂ ਕਿ ਬਾਗੜਿਆਂ ਵਿੱਚ ਸੱਚਮੁੱਚ ਮੁਕਾਬਲਾ ਹੋਇਆ ਸੀ। 28 ਫਰਵਰੀ 1993 ਨੂੰ ਭਿੰਡਰਾਂਵਾਲੀ ਫੋਰਸ ਦੇ ਮੁਖੀ ਪੰਥਕ ਕਮੇਟੀ ਮੈਂਬਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਬਾਬਾ ਗੁਰਬਚਨ ਸਿੰਘ ਮਾਨੋਚਹਿਲ ਇੱਕ ਪੇਂਡੂ ਦੇ ਭੇਸ ਵਿੱਚ ਗਲ ਕਮੀਜ਼ ਤੇੜ ਚਾਦਰਾ ਸਿਰ ਉੱਤੇ ਸਾਫਾ ਬੰਨ ਕੇ ਖੇਸ ਦੀ ਬੁੱਕਲ ਮਾਰੀ ਇੱਕ ਪਿੰਡ ਰਟੋਲ ਵਿੱਚ ਆਪਣੀ ਠਹਿਰ ਤੇ ਪਹੁੰਚਿਆ। ਆਪ ਪੈਦਲ ਹੀ ਆਏ ਸਨ ਤੇ ਆਰਾਮ ਕਰਨ ਲਈ ਪੈ ਗਏ। ਸ਼ਾਮ ਕੁਛ 4:30 ਦਾ ਵੇਲਾ ਸੀ ਜਦੋਂ ਤਰਨ ਤਾਰਨ ਪੁਲਿਸ ਦੇ ਦਿਲਬਾਗ ਸਿੰਘ DSP ਦੀ ਕਮਾਂਡ ਹੇਠ ਪੁਲਿਸ ਨੇ ਡੇਰੇ ਨੂੰ ਘੇਰਾ ਪਾ ਲਿਆ ਤੇ ਵੇਖਿਆ ਤੇ ਪੁਲਿਸ ਨੂੰ ਲਲਕਾਰਿਆ ਕਿ ਮੈਂ ਘਰ ਵਿੱਚੋਂ ਬਾਹਰ ਮੁਕਾਬਲਾ ਕਰਨਾ ਚਾਹੁੰਦਾ, ਮੈਂ ਇਸ ਘਰ ਨੂੰ ਮੁਕਾਬਲੇ ਦਾ ਮੈਦਾਨ ਹੀ ਬਣਾਵਾਂਗਾ। ਬਾਬਾ ਮਾਨੋਚਹਿਲ ਨਹੀਂ ਚਾਹੁੰਦੇ ਸਨ ਕਿ ਘਰ ਵਿੱਚ ਮੁਕਾਬਲਾ ਕਰਕੇ ਘਰ ਵਿੱਚ ਨਿਰਦੋਸ਼ਾਂ ਤੇ ਹਕੂਮਤਾਂ ਦੀ ਫੋਰਸ ਕੋਈ ਨੁਕਸਾਨ ਪਹੁੰਚਾਵੇ। ਬਾਬਾ ਮਾਨੋਚਹਿਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾ ਕੇ ਡੇਰੇ ਤੋਂ ਬਾਹਰ ਨਿਕਲ ਕੇ ਮੱਕੀ ਦੇ ਖੇਤ ਵੱਲ ਵਧੇ ਤਾਂ ਸੁਰੱਖਿਆ ਕਰਮੀਆਂ ਨੇ ਉਹਨਾਂ ਉੱਪਰ ਚਲਾ ਦਿੱਤੀਆਂ ਅਤੇ ਅੱਗੋਂ ਬਾਬਾ ਮਾਨੋਚਹਿਲ ਵੀ ਮੋੜਵਾਂ ਜਵਾਬ ਦਿੱਤਾ। ਪਰ ਦਿਨ ਦਾ ਵੇਲਾ ਸੀ, ਕੋਈ ਵੀ ਮੋਰਚੇ ਦੀ ਆੜ ਨਾ ਹੋਣ ਕਾਰਨ ਮੱਕੀ ਦੇ ਖੇਤ ਵਿੱਚ ਹੀ 28 ਫਰਵਰੀ 1993 ਨੂੰ ਬਾਬਾ ਸ਼ਹੀਦੀ ਪਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।